ਬਾਬੂ ਸ਼ਹੀਦ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਅਸੀਂ ਹਲਕਾ ਉਤਰੀ ਦੇ ਵਿੱਚ ਖੜੇ ਹਾਂ ਜਿਹੜੇ ਕਿ ਮੌਜੂਦਾ ਵਿਦਾਇਗਤੋਂ ਦੇ ਕਾਂਗਰਸ ਤੋਂ ਸੁਨੀਲ ਦਿੱਤੀ ਜਿਹੜੇ ਇਸ ਵਾਰ ਕੰਟੈਸਟ ਫੇਰ ਦੁਬਾਰਾ ਕਰ ਰਹੇ ਹਨ ਇੱਕ ਪਾਸੇ ਇੱਕ ਉਹ ਵਿਜੇ ਪ੍ਰਤਾਪ ਔਰ ਸੁਖਮਿੰਦਰ ਪਿੰਟੂ ਭਾਜਪੀ ਤੋਂ ਤੇ ਅਨਿਲ ਜੋਸ਼ੀ ਜਿਹੜੇ ਹਨ ਐਸ ਵੀਰੋਨਾ ਨੂੰ ਜਿਹੜੀ ਟਿਕਟ ਦਿੱਤੀ ਗਈ ਹੈ ਉਹ ਕਾਲੀ ਦਲ ਵੱਲੋਂ ਦਿੱਤੀ ਗਈ ਹੈ ਕਿੰਨਾ ਕ ਕੜਾ ਮੁਕਾਬਲਾ ਹੈ ਔਰ ਕਿੱਥੇ ਕਹੇ ਪਹੁੰਚੇ ਥੋੜੀ ਦੇਰ ਤੱਕ ਸਿੱਧੂ ਸਾਹਿਬ ਵੀ ਇੱਥੇ ਪਹੁੰਚਣ ਮੀਟਿੰਗ ਹੈ ਸ਼ਾਇਦ ਰਵਨੀਤ ਮਿੱਟੂ ਵੀ ਪਹੁੰਚਣਗੇ ਗੱਲਬਾਤ ਕਰਕੇ ਜਾਣਦੇ ਆ ਦੱਤੀ ਜੀ ਨਾਲ ਕਿ ਕਿੱਥੋਂ ਤੱਕ ਮੁਕਾਬਲਾ ਕਿੰਨਾ ਕ ਜਿਹੜਾ ਹੈ ਉਹ ਜਿਹੜਾ ਕੜਾ ਮੁਕਾਬਲਾ ਉਹ ਹੋ ਰਿਹਾ ਹਾਂਜੀ ਦੱਤੀ ਜੀ ਕੀ ਹਾਲ ਹੈ ਵਾਹ ਬੜੀਆ ਜੀ ਇਲੈਕਸ਼ਨ ਇਲੈਕਸ਼ਨ ਹੈ ਯੁੱਧ ਯੁੱਧ ਹੈ ਜੀ ਸਾਰੀਆਂ ਫੌਜਾਂ ਡਟੀਆਂ ਆਮਨੇ ਸਾਹਮਣੇ ਇਨਸ਼ਾਅੱਲਾ ਜਿੱਤ ਹੋਏਗੀ ਕਿਉਂਕਿ ਕਾਂਗਰਸ ਦਾ ਆਪਣਾ ਵੋਟਰ ਬੈਂਕ ਇੱਕ ਜਗ੍ਹਾ ਤੇ ਖੜਾ ਗਿਨੇਤੇ ਕਹਿੰਦਾ 2 ਤੇ 2 4 ਜੇ ਮੈਂ ਗਲਤ ਨਹੀਂ ਵੋਟਰ ਸਾਡੇ ਵੱਲ ਨੇ ਕੰਮ ਕੀਤੇ ਨੇ ਕੋਵਿਡ ਦੇ ਵਿੱਚ ਸਮਾਂ ਦਿੱਤਾ ਦਫ਼ਤਰ ਸਾਰਾ ਸਾਲ ਇੱਕ ਦਿਨ ਨਹੀਂ ਬੰਦ ਫੋਨ ਮੈਂ ਆਪ ਸੁਣਦਾ ਔਰ ਮੈਕਸਿਮਮ ਅਸੀਂ ਆਧਾਰ ਕਾਰਡ ਰਾਸ਼ਨ ਕਾਰਡ ਇਹ ਉਹ ਔਰ ਡਿਵੈਲਪਮੈਂਟ 100% ਕਰਕੇ ਇਹ ਮੈਂ ਦਾਵਾ ਨਹੀਂ ਕਰ ਰਿਹਾ ਇੱਕ ਨਵਾਨਾ ਜਿਹਾ ਸੇਵਕ ਹੈ ਗੁਰੂ ਨਗਰੀ ਦਾ ਗੁਰੂ ਰਾਮਦਾਸ ਜੀ ਫਿਰ ਸੇਵਾ ਦੇਣਗੇ ਨੌਰਥਲਕੇ ਦੀ ਮਨੋ ਅਹ ਦਤੀ ਸਾਹਿਬ ਤੁਸੀਂ ਮੇਅਰਸ਼ਿਪ ਵੀ ਕੀਤੀ ਆ ਹੋਰ ਵੀ ਬੜੇ ਕੰਮ ਕੀਤੇ ਨੇ ਔਰ ਕਈ ਸਾਲਾਂ ਤੋਂ ਜਿਹੜਾ ਇਲੈਕਸ਼ਨ ਇਸ ਰਾਜਨੀਤੀ ਵਿੱਚ ਔਰ ਅੰਮ੍ਰਿਤਸਰ ਵਿੱਚ ਹੀ ਡਟੇ ਹੋਏ ਹੋ ਇਲਾਕਾ ਵੀ ਨਹੀਂ ਛੱਡਿਆ ਤੁਸੀਂ ਲੇਕਿਨ ਇਸ ਵਾਰ ਥੋੜਾ ਜਿਹਾ ਸਿਨੈਰੀਓ ਚੇਂਜ ਹੋਇਆ ਹੈ ਪਾਰਟੀਆਂ ਵਧ ਗਈਆਂ ਨੇ ਬੀਜੇਪੀ ਆ ਗਈ ਹੈ ਕਾਲੀ ਤਲਾ ਆ ਗਿਆ ਔਰ ਆਮ ਪਾਰਟੀ ਜਿਹੜੀ ਕਿ ਜਿਹੜਾ ਕਿ ਜ਼ਿਆਦਾ ਜ਼ੋਰ ਦੱਸਿਆ ਜਾ ਰਿਹਾ ਹੈ ਜਿਆਦਾ ਗੱਲ ਕੀਤੀ ਜਾ ਰਹੀ ਜਿਹਦੇ ਬਾਰੇ ਕਈ ਐਸ ਤਰ੍ਹਾਂ ਕਹੀ ਔਰ ਤੁਹਾਡੀ ਪਾਰਟੀ ਹੈ ਕਾਂਗਰਸ ਪਾਰਟੀ ਹੈ ਕੁਛ ਨਾ ਕੁਛ ਹੈ ਸਾਢੇ 4 ਸਾਲ ਦਾ ਜਿਹੜਾ ਰੈਜੈਂਟਮੈਂਟ ਹੈ ਲੋਕਾਂ ਦਾ ਕਾਫੀ ਰਿਹਾ 111 ਦਿ 15 ਦਿਨਾਂ ਨੂੰ ਆਪਾਂ 4.5 ਸਾਲ ਨੂੰ ਛੱਡ ਗਏ ਪੰਜਾਬ 2.5 ਘੰਟਿਆਂ ਚ ਆ ਲਾਹੌਰ ਤੋਂ ਚੱਲੀਏ ਤੇ ਖਤਮ ਹੋ ਜਾਂਦਾ ਜੀ ਅੰਬਾਲਾ ਕਮਜ਼ੋਰ ਸਰਕਾਰ ਇੱਥੇ ਬਣਾ ਕੇ ਏਜੰਸੀਆਂ ਦੀ ਨਜ਼ਰ ਹੈ ਪਾਕਿਸਤਾਨ ਚਾਈਨਾ ਇੱਥੇ ਉਹ ਵੇਟ ਕਰ ਰਹੇ ਆ ਕਮਜ਼ੋਰ ਸਰਕਾਰ ਬਣੇ ਤੇ ਐਂਟਰ ਏਜੰਸੀ ਸਾਡੀਆਂ ਐਂਟਰ ਕਰਨ ਤੇ ਪੰਜਾਬ ਨੂੰ ਡਿਸਟਰਬ ਕਰੀਏ ਹਿੰਦੁਸਤਾਨ ਨੂੰ ਕਰੀਏ ਲੋਕ ਸਿਆਣੇ ਕਰਨ ਹੋਣ ਦੇਣਗੇ ਮੈਂ ਇੱਕੋ ਗੱਲ ਕਹਿੰਦਾ ਨੈਸ਼ਨਲ ਪਾਰਟੀ ਆ ਕਾਂਗਰਸ ਪਾਰਟੀ ਨੈਸ਼ਨਲ ਪਾਰਟੀ ਨੂੰ ਵੋਟ ਦਓ ਸੈਕੂਲਰ ਸੋਚ ਆਲੀ ਆ ਇੱਥੇ ਪੰਜਾਬ ਦੇ ਵਿੱਚ 1978 ਤੋਂ 1992 ਤੱਕ ਦਾ ਸਮਾਂ ਦੇਖ ਲਓ ਅਸੀਂ ਕੱਢਿਆ ਹੰਡਾਇਆ ਪੰਜ ਉਹ ਅੰਦਰ ਵੜ ਜੰਨੇ ਆ ਪਰਿਵਾਰਾਂ ਦੇ ਪਰਿਵਾਰ ਜੀ ਚਲੇ ਗਏ ਕਿ ਕੀ ਦੀ ਕਿੰਨੇ ਕਰਾਇਆ ਭਾਈਚਾਰਾ ਤੇ ਕੈਮਰੇ ਆ ਨਾ ਸਾਡਾ ਏਜੰਸੀਆਂ ਨੇ ਕਰਾਇਆ ਕੀ ਇਹ ਕਮਜ਼ੋਰ ਸਰਕਾਰ ਜੀ ਦੀਆਂ ਲੱਤਾਂ ਕੰਮਣ ਅੱਗ ਲੱਗੇ ਪਿੰਡ ਨੂੰ ਤੇ ਕੁੱਤਾ ਰੂੜੀ ਤੇ ਚਾਹੋਗੇ ਤੁਸੀਂ ਮਤਕ ਸੋਚੋ ਇਹ ਅਮਨ ਸ਼ਾਂਤੀ ਬਰਕਰਾਰ ਰੱਖਣੀ ਆ ਇਹਨਾਂ 2017 ਤੱਕ ਵਿਜੇ ਕੁਮਾਰ ਭਾਜਪਾ ਕਾਲੀਤਲ ਦੀ ਗਵਰਨਮੈਂਟ ਹੀ ਨਸ਼ੇ ਦਾ ਛੇਵਾ ਦਰਿਆ ਵਗਿਆ ਕੀ ਰੋਲ ਅਦਾ ਕੀਤਾ ਵਿਜੇ ਕੁਮਾਰ ਨੇ ਕੀ ਰੋਲ ਦਾ ਕੀਤਾ ਮੇਰੇ ਸਾਹਮਣੇ ਜਿਹੜੇ ਕੈਂਡੀਡੇਟ ਨੇ ਰੋਕਣਾ ਫਰਜ਼ ਨਹੀਂ ਬੰਦਾ ਸੀ ਪੰਜਾਬ ਤੇ ਮੱਥੇ ਤੇ ਕਾਲਾ ਕਲੰਕ ਲਾਇਆ ਇਹਨਾਂ ਨੇ ਉੜਤਾ ਪੰਜਾਬ ਦਾ ਇਹ ਉਥੇ ਕੋਈ ਕੰਮ ਕਰ ਸਕਿਆ ਆ